सज्जन प्यारियो ते मां दे दलारियो, मैं थोड़ा अपना बलविंदर लखियाली। दोस्तों, अज अपनी खेती की टीम नाल गल करांगे गमलिया दी। गमले किसे समय साडे घरां दा शिंगार नहीं हुंदे सी, पर समय दे चलदिआं चलदिआं किस तरह हर घर दा जिहड़ी मुढ़ली लोड़ आ उहनां 'च इक गमले वी बण गए। जदों गमलिआं दी शुरुआत दी गल हुंदी आ तां कोई गमले कोई 100-200 साल पहलां नहीं, हज़ारां साल तो साडे इस धरती ते वख-वख लोकां दे थ्रू वरते गए आ। ਅਤੇ ਸ਼ੁਰੂਆਤ ਮਿਸਰ ਦੇ ਲੋਕਾਂ ਨੇ ਕੀਤੀ ਸੀ। ਮਿਸਰ ਜਾਂ ਯੂਨਾਨੀ ਲੋਕਾਂ ਦਾ ਆਉਂਦਾ ਕਿ ਉਹਨਾਂ ਨੇ ਗਮਲਿਆਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਜਦੋਂ ਪੰਜਾਬ ਦੇ ਰੈਫਰੈਂਸ ਦੀ ਗੱਲ ਕਰਦੇ ਤਾਂ ਸਾਡੇ ਸੂਬੇ ਦੇ ਵਿੱਚ ਪਹਿਲਾਂ ਸਿੱਧੇ ਗਮਲੇ ਹੀ ਨਹੀਂ ਆਏ। ਸਾਡੇ ਤਾਂ ਪਹਿਲਾਂ ਠੀਕਰੇ ਹੁੰਦੇ ਸੀ, ਜਦੋਂ ਕਿਸੇ ਦਾ ਘੜਾ ਟੁੱਟ ਜਾਂਦਾ ਸੀ, ਕਿਉਂਕਿ ਪਿੰਡਾਂ ਦੇ ਵਿੱਚ ਜਾਂ ਚਾਹੇ ਸ਼ਹਿਰਾਂ ਦੇ ਵਿੱਚ ਵੀ ਪੁਰਾਣੇ ਵੇਲਿਆਂ 'ਚ ਘੜੇ ਬਹੁਤ ਵਰਤੇ ਜਾਂਦੇ ਸੀ। ਅਤੇ ਘੜੇ ਜਦੋਂ ਟੁੱਟ ਜਾਂਦੇ ਸੀ ਤਾਂ ਠੀਕਰਾ ਜਿਹੜਾ ਬਚ ਜਾਂਦਾ ਸੀ ਉਹ 'ਚ ਮਿੱਟੀ ਪਾ ਕੇ ਜਿਹੜੀਆਂ ਖਾਸ ਕਰਕੇ ਔਰਤਾਂ ਨੇ ਪੁਦੀਨਾ ਧਨੀਆਂ ਜਾਂ ਕੋਈ ਹੋਰ ਜੜੀਆਂ ਬੂਟੀਆਂ ਲਾ ਦਿੰਦੇ ਸੀ, ਜਾਂ ਮਾਲਵੇ ਦੇ ਵਿੱਚ ਛੱਤ ਜਿਹੜੇ ਦਰਵਾਜ਼ੇ ਦੇ ਉੱਪਰ ਜਿਹੜਾ ਹੈਗਾ ਛਿੱਤਰ ਥੋਰ ਲਾ ਦਿੱਤੀ ਜਾਂਦੀ ਸੀ। ਪਰ ਸਮੇਂ ਦੇ ਚੱਲਦਿਆਂ ਚੱਲਦਿਆਂ ਜਿਹੜੇ ਗਮਲੇ ਆ ਸਾਡੇ ਘਰਾਂ ਦੀ ਬੜੀ ਮੁੱਢਲੀ ਲੋੜ ਬਣ ਗਈ ਹੈ। ਅਤੇ ਜਦੋਂ ਬੰਦੇ ਨੇ ਇਹ ਸੋਚਣਾ ਹੁੰਦਾ ਯਾਰ ਗਮਲਾ ਕਿਹੜਾ ਬਿਹਤਰ ਹੈ, ਕਦੋਂ ਲਿਆ ਜਾਵੇ, ਕਿਵੇਂ ਲਿਆ ਜਾਵੇ, ਕਿਹੜੇ ਮਟੀਰੀਅਲ ਦਾ ਲਿਆ ਜਾਵੇ, 36 ਸਵਾਲ ਸਾਡੇ ਜਿਹਨ 'ਚ ਹੁੰਦੇ ਆ। ਸੋ ਮੋਟੇ ਤੌਰ 'ਤੇ ਜਦੋਂ ਅਸੀਂ ਕਿਸਮਾਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜੀ ਯਾਦ ਹੋਈ ਕਿਸਮ ਹੈ ਗਮਲਿਆਂ ਦੀ, ਉਹ ਮਿੱਟੀ ਦੇ ਕਿਸਮ ਹੈ, ਕਿਉਂਕਿ ਪਹਿਲਾਂ ਸਭ ਕੁਝ ਸਾਡੇ ਭਾਂਡੇ ਵੀ ਮਿੱਟੀ ਦੇ ਹੁੰਦੇ ਸੀ। ਅਤੇ ਅੱਜ ਤੱਕ ਜਦੋਂ ਬਿਹਤਰੀਨ ਗਮਲਿਆਂ ਦੀ ਗੱਲ ਚੱਲਦੀ ਹੈ ਤਾਂ ਉਦੋਂ ਇਹ ਮੰਨਿਆ ਜਾਂਦਾ ਕਿ ਮਿੱਟੀ ਦੇ ਗਮਲੇ ਬਿਹਤਰ ਨੇ, ਕਿਉਂਕਿ ਉਹਨਾਂ ਦੇ ਵਿੱਚ ਹੈ ਕੀ ਆ ਕਿ ਜਿਹੜਾ ਪਾਣੀ ਜ਼ਿਆਦਾ ਦਿੱਤਾ ਜਾਵੇ ਤਾਂ ਡਰੇਨ ਹੋ ਜਾਂਦਾ, ਔਰ ਉਹਦੇ ਵਿੱਚ ਮਸਾਮ ਹੁੰਦੇ ਆ ਜਿਹਦੇ ਥਰੂ ਏਅਰ ਦੀ ਜਿਹੜੀ ਸਰਕੂਲੇਸ਼ਨ ਥੋੜ੍ਹੀ ਬਹੁਤੀ ਹੁੰਦੀ ਰਹਿੰਦੀ ਹੈ। ਤਾਂ ਇਸ ਕਰਕੇ ਮਿੱਟੀ ਦੇ ਗਮਲੇ ਜਿਹੜੇ ਲੋਕ ਬਿਹਤਰ ਸਮਝਦੇ ਆ, ਜਿਹੜੇ ਟੈਕਨੀਕਲ ਲੋਕ ਨੇ, ਪਰ ਅਸਲ 'ਚ ਤਾਂ ਮੁੱਦਾ ਇਹ ਹੁੰਦਾ ਕਿ ਤੁਹਾਡਾ ਪਰਪਜ਼ ਕੀ ਆ। ਆਪਾਂ ਸਿੱਧਾ ਇਹ ਨਹੀਂ ਕਹਿ ਸਕਦੇ ਕਿ ਮਿੱਟੀ ਦਾ ਗਮਲਾ ਹੀ ਬਿਹਤਰ ਆ। ਕਾਰਨ ਕੀ ਹੈ ਕਿ ਮਿੱਟੀ ਦੇ ਗਮਲੇ ਜਦੋਂ ਤੁਸੀਂ ਛੋਟੇ ਪੌਦੇ ਲਾਉਣੇ ਆ ਤਾਂ ਉਦੋਂ ਮਿੱਟੀ ਦੇ ਗਮਲੇ ਬਿਹਤਰ ਨੇ, ਬਹੁਤ ਜ਼ਿਆਦਾ ਨੇ। ਚਾਹੇ ਤੁਸੀਂ ਮੌਸਮੀ ਫੁੱਲ ਲਾਉਣੇ ਆ ਉਦੋਂ ਵੀ ਬਿਹਤਰ ਨੇ, ਜਾਂ ਛੋਟੇ ਬੂਟੇ ਲਾਉਣੇ ਆ ਤਾਂ ਮਿੱਟੀ ਦੇ ਗਮਲੇ ਬਹੁਤ ਸੋਹਣੇ ਆ, ਕਿਉਂਕਿ ਇਹਨਾਂ 'ਤੇ ਗੇਰੂਆ ਰੰਗ ਕਰੋ, ਹਰ 2-4 ਮਹੀਨੇ ਬਾਅਦ ਨਵੇਂ ਦੇ ਨਵੇਂ ਹੋ ਜਾਂਦੇ ਆ। ਪਰ ਜਦੋਂ ਸਾਡੇ ਕੋਲ ਬੂਟੇ ਵੱਡੇ ਹੋ ਜਾਂਦੇ ਆ ਤਾਂ ਉਹਨਾਂ ਫਿਰ ਉਸ ਥਾਂ 'ਤੇ ਸਾਨੂੰ ਉਹਨਾਂ ਬੂਟਿਆਂ ਨੂੰ ਸੰਭਾਲਣ ਦੇ ਲਈ, ਕਿਉਂਕਿ ਮਿੱਟੀ ਦੇ ਗਮਲਿਆਂ ਦੀ ਸਮੱਸਿਆ ਹੈ ਕਿ ਟੁੱਟ ਬਹੁਤ ਜਾਂਦੇ ਆ, ਫਿਰ ਸਾਡੇ ਕੋਲ ਸੀਮਿੰਟ ਦੇ ਗਮਲੇ ਆ ਜਾਂਦੇ ਆ। ਤਾਂ ਜੋ ਸੀਮਿੰਟ ਦੇ ਗਮਲੇ ਸਟਰੋਂਗ ਹੁੰਦੇ ਆ ਔਰ ਉਹਦੇ ਵਿੱਚ ਵੱਡੇ ਬੂਟੇ, ਜੇ ਛੱਤ 'ਤੇ ਜਿਵੇਂ ਆਪਾਂ ਬੈਠੇ ਹੋਏ ਹਾਂ ਟੈਰਸ 'ਤੇ, ਤਾਂ ਉਹਦੇ ਵਿੱਚ ਜੇ ਫਰੂਟ ਪਲਾਂਟ ਵੀ ਲਾਉਣੇ ਆਪਾਂ ਲਾ ਸਕਦੇ ਹਾਂ। ਫਿਰ ਸੀਮਿੰਟ ਦੇ ਗਮਲੇ ਤੋਂ ਬਾਅਦ ਸੈਰਮਿਕ ਦੇ ਜਿਹੜੇ ਪੋਟ ਨੇ ਉਹ, ਕਿਉਂਕਿ ਉਹ ਫੈਂਸੀ ਬਹੁਤ ਹੁੰਦੇ, ਉਹ 'ਚ ਡਿਜ਼ਾਈਨ ਬਹੁਤ ਸੋਹਣੇ ਆਉਂਦੇ ਆ। ਕੁਛ ਲੋਕ ਸਿੱਧੇ ਸੈਰਮਿਕ ਦੇ ਪੋਟਸ ਦੇ ਵਿੱਚ ਬੂਟੇ ਲਾ ਦਿੰਦੇ ਆ, ਕੁਛ ਉਹਦੇ ਵਿੱਚ ਗਾਂ ਮਿੱਟੀ ਦੇ ਜਾਂ ਪਲਾਸਟਿਕ ਦੇ ਪੋਟ ਲਾ ਦਿੰਦੇ ਆ। ਇਸ ਤੋਂ ਬਾਅਦ ਜਿਹੜੀ ਅਗਲੀ ਕਿਸਮ ਹੋ ਜਾਂਦੀ ਆ ਉਹ ਪਲਾਸਟਿਕ ਦੇ ਗਮਲਿਆਂ ਦੀ ਆਉਂਦੀ ਆ। ਪਲਾਸਟਿਕ ਦੇ ਗਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਨੇ ਅੱਜ ਕੱਲ੍ਹ, ਪਰ ਉਹ ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੂੰਗਾ, ਇਹ ਪਲਾਸਟਿਕ ਦੇ ਗਮਲੇ ਸਿਰਫ ਉਦੋਂ ਯੂਜ਼ ਕਰਨੇ ਚਾਹੀਦੇ ਆ ਜਦੋਂ ਅਸੀਂ ਛਾਂ 'ਚ ਰੱਖਣੇ ਹੋਣ, ਜਾਂ ਚਾਹੇ ਬਾਹਰ ਹੈ ਜਾਂ ਸਾਡੇ ਇਨਡੋਰ 'ਚ ਰੱਖਣੇ ਹੋਣ। ਪਲਾਸਟਿਕ ਦੇ ਗਮਲੇ ਬਿਹਤਰ ਇਸ ਲਈ ਆ ਕਿਉਂਕਿ ਹਲਕੇ ਬਹੁਤ ਹੁੰਦੇ ਆ। ਤੁਸੀਂ ਕਿਤੇ ਜੇ ਅੰਦਰ ਡਰਾਇੰਗ ਰੂਮ 'ਚ ਰੱਖੇ ਆ ਜਾਂ ਤੁਸੀਂ ਲੋਬੀ 'ਚ ਰੱਖੇ ਆ, ਕੋਈ ਸਫਾਈ ਕਰਨੀ ਆ, ਅੱਗੇ ਪਿੱਛੇ ਕਰਨੀ ਆ, ਤਾਂ ਉਹ ਛੇਤੀ ਚੱਕ ਰੱਖ ਛੇਤੀ ਹੋ ਜਾਂਦਾ। ਸੀਮਿੰਟ ਦੇ ਗਮਲੇ ਨੂੰ ਜਾਂ ਮਿੱਟੀ ਦੇ ਗਮਲੇ ਨੂੰ ਚੱਕਣਾ ਬੜਾ ਡਿਫੀਕਲਟ ਜੋਬ ਹੁੰਦੀ ਆ। ਪਰ ਜਦੋਂ ਅਸੀਂ ਕੜਕਦੀ ਧੁੱਪ 'ਚ ਰੱਖਦੇ ਹਾਂ ਤਾਂ ਫਿਰ ਉਹਦੇ 'ਚ ਹੁੰਦਾ ਹੈ ਕਿ ਉਹ ਬ੍ਰਿਟਲ ਹੋ ਕੇ ਟੁੱਟ ਜਾਂਦੇ, ਚਾਹੇ ਤੁਸੀਂ ਜਿੰਨੇ ਵਧੀਆ ਮਰਜ਼ੀ ਮਹਿੰਗੇ ਲੈ ਲਓ। ਫਿਰ ਉਸ ਤੋਂ ਅਗਲੀ ਸ਼੍ਰੇਣੀ ਗਮਲਿਆਂ ਦੇ ਵਿੱਚ ਪੱਥਰ ਦੀ ਆ। ਪੱਥਰ ਦੇ ਵਿੱਚ ਮੀਨਾਕਾਰੀ ਜਾਂ ਹੋਰ ਬੜੀ ਖੂਬਸੂਰਤੀ ਆ। ਪੱਥਰ ਦੇ ਗਮਲਿਆਂ ਦੀਆਂ ਦੋ ਚੀਜ਼ਾਂ ਨੇ, ਖੂਬਸੂਰਤੀ ਬਹੁਤ ਜ਼ਿਆਦਾ ਪਰ ਵੇਟ ਬਹੁਤ ਜ਼ਿਆਦਾ, ਹੈਵੀ ਬਹੁਤ ਹੁੰਦੇ ਆ। ਪਲੱਸ ਉਹ ਜਦੋਂ ਕਈ ਪੱਥਰ ਇੱਦਾਂ ਦੇ ਆ ਕਿ ਜਦੋਂ ਸੈੱਲ ਪੈਂਦੀ ਆ ਜਾਂ ਛਾਵੇਂ ਰੱਖੇ ਜਾਂਦੇ ਆ ਤਾਂ ਉਹਨਾਂ 'ਤੇ ਕਾਈ ਜੰਮ ਜਾਂਦੀ ਆ, ਸਫਾਈ ਬਹੁਤ ਮੰਗਦੇ ਆ। ਅੱਜ ਕੱਲ੍ਹ ਧਾਤਾਂ ਦੇ ਜਿਹੜੇ ਵੱਖ ਵੱਖ ਮੈਟਲਸ ਦੇ ਪੋਟ ਆ ਉਹ ਬਹੁਤ ਆਉਂਦੇ ਆ, ਕਿਉਂਕਿ ਮੈਟਲਸ ਦੀ ਖੂਬਸੂਰਤੀ ਬਹੁਤ ਆ, ਉਹਨਾਂ ਨੂੰ ਸ਼ੇਪ ਬੜੀ ਸੋਹਣੀ ਦਿੱਤੀ ਜਾਂਦੀ ਆ। ਮੈਟਲ ਦੇ ਵਿੱਚ ਕੀ ਆ, ਜੰਗਾਲ ਲੱਗਣ ਦੀ ਆਪਸ਼ਨ ਹੁੰਦੀ ਆ, ਇਸ ਕਰਕੇ ਮੈਟਲ ਦੇ ਵਿੱਚ ਅੱਗੇ ਪਲਾਸਟਿਕ ਦਾ ਪੋਟ ਰੱਖਿਆ ਜਾਂਦਾ, ਜਾਂ ਜਿਹੜਾ ਟੈਰਾਕੋਟਾ ਦਾ ਜਿਹਨੂੰ ਮਿੱਟੀ ਦਾ ਗਮਲਾ ਉਹ ਕਿਹਾ ਜਾਂਦਾ ਹੈ ਨਾ। ਵਿਦੇਸ਼ਾਂ ਦੇ ਵਿੱਚ ਅੱਜ ਕੱਲ੍ਹ ਤਾਂ ਸਾਡੇ ਵੀ ਜਿਹੜੇ ਕਾਰਪੋਰੇਟ ਹਾਊਸ ਨੇ ਜਾਂ 5-star ਹੋਟਲਸ ਨੇ, ਉੱਥੇ ਵੂਡਨ ਪਲਾਂਟਰਸ ਨੇ। ਬੇਸਿਕਲੀ ਅਸੀਂ ਗਮਲਿਆਂ ਦੀ ਗੱਲ ਕਰਦੇ ਹਾਂ, ਅਸਲ ਗੱਲ ਕਰਨੀ ਚਾਹੀਦੀ ਕੰਟੇਨਰਸ ਦੀ। ਇਹ ਕੰਟੇਨਰਸ ਹੁੰਦੇ ਆ ਜਿਹਨਾਂ ਜਿਹੜੇ ਪੋਟਸ ਨੂੰ ਜਾਂ ਪਲਾਂਟਸ ਨੂੰ ਮਤਲਬ ਕੈਰੀ ਕਰਦੇ ਆ ਜਾਂ ਉਹਦੇ ਵਿੱਚ ਰੱਖੇ ਜਾਂਦੇ ਆ। ਤਾਂ ਵੂਡਨ ਪਲਾਂਟਰ ਦਾ ਰੁਝਾਨ ਹੈ, ਵਿੰਡੋ ਬੋਕਸਿਸ ਦਾ ਰੁਝਾਨ ਹੈ। ਲੱਕੜ ਸਾਡੇ, ਫਿਰ ਲੱਕੜ ਦੀ ਸਮੱਸਿਆ ਹੈ ਕਿ ਬੜੀ ਜਦੋਂ ਤੇਜ਼ ਧੁੱਪ ਪੈਂਦੀ ਆ ਜਾਂ ਮੀਂਹ ਪੈਂਦੇ ਆ, ਲੱਕੜ ਫੁੱਲ ਜਾਂਦੀ ਆ ਜਾਂ ਖਰਾਬ ਹੋ ਜਾਂਦੀ ਆ। ਅੱਜ ਕੱਲ੍ਹ
ਇੰਟਰਨੈਟ ਦੇ ਯੁੱਗ ਦੇ ਵਿੱਚ ਗਰੋਇੰਗ ਬੈਗਸ ਦਾ ਜਿਹੜਾ ਬਹੁਤ ਜ਼ਿਆਦਾ ਰੁਝਾਨ ਵਧਿਆ ਹੋਇਆ, ਗਰੋਇੰਗ ਬੈਗਸ ਦੀ ਵੀ ਇੱਕ ਆਪਸ਼ਨ ਹੈਗੀ ਹੈ। ਉਸ ਤੋਂ ਬਿਨਾਂ ਸਿਲੀਕੋਨ ਪਲਾਂਟਰਸ ਨੇ ਉਹ ਵਿਦੇਸ਼ਾਂ 'ਚ ਜ਼ਿਆਦਾ ਯੂਜ਼ ਹੁੰਦੇ ਆ, ਸਾਡੇ ਨਹੀਂ ਯੂਜ਼ ਹੁੰਦੇ। ਟਰਾਂਸਲਿਊਸੈਂਟ ਪਲਾਂਟ ਜਿਹੜੇ ਪੋਟਸ ਆਉਂਦੇ ਨੇ ਜਿਹੜੇ ਜਗਦੇ ਆ ਰਾਤ ਨੂੰ, ਫਿਰ ਗਲਾਸ ਪਲਾਂਟਰਸ ਨੇ, ਔਰ ਉਸ ਤੋਂ ਬਿਨਾਂ ਰੀਸਾਈਕਲ ਮਟੀਰੀਅਲ ਦੇ ਲੋਕ ਜਿੱਦਾਂ ਪੁਰਾਣੇ ਟਾਇਰ ਨੇ ਜਾਂ ਹੋਰ ਉਹਨਾਂ 'ਚ ਯੂਜ਼ ਕਰ ਲੈਂਦੇ ਆ। ਕਈ ਲੋਕ ਤਾਂ ਅੱਜ ਕੱਲ੍ਹ ਗੋਹੇ ਤੋਂ ਵੀ ਉਹ ਪੋਟ ਬਣਾ ਲੈਂਦੇ ਆ। ਮਤਲਬ ਸਾਡੇ ਕੋਲ ਬੇਹੱਦ ਤਰ੍ਹਾਂ ਦੀਆਂ ਕਿਸਮਾਂ ਨੇ, ਬੜੀਆਂ ਕਿਸਮਾਂ ਨੇ। ਤਾਂ ਜਦੋਂ ਕੋਈ ਇਹ ਸਵਾਲ ਕਰਦਾ ਕਿ ਬਿਹਤਰ ਗਮਲਾ ਕੀ ਹੁੰਦਾ, ਤਾਂ ਤੁਹਾਡੀ ਵਰਤੋਂ ਕੀ ਆ, ਤੁਸੀਂ ਉਹਨੂੰ ਕਿੰਨੇ ਸਮੇਂ ਲਈ ਚਲਾਉਣਾ, ਕਿੱਦਾਂ ਕਿੱਥੇ ਰੱਖਣਾ, ਕਿਹੜੀ ਖੂਬਸੂਰਤੀ ਰੱਖਣੀ ਲੈਣੀ ਆ, ਉਹਦੇ ਤੋਂ ਕੀ ਕੰਮ ਲੈਣਾ, ਉਹਦੇ 'ਤੇ ਨਿਰਭਰ ਕਰਦਾ। ਸੋ ਇੰਨੀਆਂ ਗੱਲਾਂ ਦੇ ਨਾਲ ਜਿਉਂਦੇ ਰਹੋ, ਵਸਦੇ ਰਹੋ, ਰੱਬ ਰੱਖਾ।